ਸਤਿਕਾਰ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਅੱਜ ਦੇ ਵਿਸ਼ੇਸ਼ ਬੁਲਟਨ ਦੇ ਵਿੱਚ ਮੈਂ ਮਨਜੋਤ ਸਿੰਘ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਝਾਤ ਮਾਰਦੀਆਂ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਸਸੋਦੀਆ ਦੇ ਘਰ ਸੀਬੀਆਈ ਦੀ ਰੇਡ, ਕੇਜਰੀਵਾਲ ਨੇ ਕਿਹਾ ਸਸੋਦੀਆ ਦੁਨੀਆ ਦੇ ਸਭ ਤੋਂ ਵੱਡੇ ਸਿੱਖਿਆ ਮੰਤਰੀ। A1C ਮੇਰੀ ਜੇਲ੍ਹ ਯਾਤਰਾ ਬਹੁਤ ਕੁਝ ਸਿੱਖਿਆ, ਮਜੀਠੀਆ ਨੇ ਕਿਹਾ ਮੈਨੂੰ ਤਾਂ ਬਸ ਸਿੱਧੂ ਦੀ ਚਿੰਤਾ। ਅਗਵਾ ਹੋਇਆ ਬੱਚਾ, ਪੁਲਿਸ ਨੇ ਕੀਤਾ ਬਰਾਮਦ, ਦੋਸ਼ੀ ਕਾਬੂ। ਨਸ਼ੇੜੀ ਪਤੀ ਦਾ ਦਿਲ ਦਹਿਲਾ ਦੇਣ ਵਾਲਾ ਕਾਰਨਾਮਾ, ਸੱਤ ਧੀਆਂ ਦੀ ਮਾਂ ਨੂੰ ਕਹੀ ਨਾਲ ਵੱਢਿਆ। ਰਾਵੀ ਦਰਿਆ ਵਿੱਚ ਪਾਣੀ ਵਧਣ ਕਾਰਨ ਨੁਕਸਾਨੀਆਂ ਫਸਲਾਂ ਦਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ ਮੁਆਵਜ਼ਾ, ਧਾਲੀਵਾਲ। ਹੁਣ ਖਬਰਾਂ ਵਿਸਥਾਰ ਚ। CBI ਟੀਮ ਦੇ ਆਪਣੇ ਨਿਵਾਸ ਪਹੁੰਚਣ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕਿਹਾ ਹੈ ਕਿ CBI ਦੀ ਟੀਮ ਆ ਗਈ ਹੈ, ਅਸੀਂ ਇਮਾਨਦਾਰ ਹਾਂ, ਲੱਖਾਂ ਬੱਚਿਆਂ ਦੇ ਭਵਿੱਖ ਦਾ ਨਿਰਮਾਣ ਕਰ ਰਹੇ ਹਾਂ। ਇਸ ਦੇਸ਼ ਵਿੱਚ ਜੋ ਵੀ ਚੰਗਾ ਕੰਮ ਕਰਦਾ ਹੈ ਉਸ ਨੂੰ ਇਸੇ ਤਰ੍ਹਾਂ ਪਰੇਸ਼ਾਨ ਕੀਤਾ ਜਾਂਦਾ ਹੈ, ਇਸ ਲਈ ਸਾਡਾ ਦੇਸ਼ ਨੰਬਰ 1 ਤੇ ਨਹੀਂ ਹੈ। ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਹੈ ਕਿ ਦਿੱਲੀ ਦੇ ਸਿੱਖਿਆ ਮਾਡਲ ਦੀ ਪੂਰੀ ਦੁਨੀਆ 'ਚ ਤਾਰੀਫ ਹੋ ਰਹੀ ਹੈ ਅਤੇ ਦਿੱਲੀ ਦੇ ਸਿੱਖਿਆ ਮਾਡਲ ਤੋਂ ਕੇਂਦਰ ਪਰੇਸ਼ਾਨ ਹੈ। ਉਹਨਾਂ ਕਿਹਾ ਕਿ ਮਨੀਸ਼ ਸਿਸੋਦੀਆ ਦੇਸ਼ ਦੇ ਸਭ ਤੋਂ ਚੰਗੇ ਸਿੱਖਿਆ ਮੰਤਰੀ ਹਨ ਅਤੇ ਦਿੱਲੀ ਦੇ ਸਰਕਾਰੀ ਸਕੂਲ ਸਭ ਤੋਂ ਵਧੀਆ ਨੇ। आज मनीष सिसोदिया को दुनिया का सबसे अच्छा शिक्षा मंत्री घोषित किया गया, लेकिन उसके घर CBI पहुंच के रेड मारने के लिए। तो अड़चने बहुत आएंगी। पिछले 7 साल में भी कोई आसान काम नहीं था न्यूयॉर्क टाइम्स के फ्रंट पेज पे आना और दिल्ली के अंदर शिक्षा क्रांति करना। पिछले 7 साल में भी मनीष जी के ऊपर न जाने कितनी बार रेड हुई है, ये पहली रेड नहीं है। पहले भी कई बार रेड कर चुके, कई झूठे केस कर चुके मनीष जी के ऊपर, मेरे ऊपर कई बार रेड कर चुके, सतेंद्र जैन पे, कैलाश गहलोत पे, हमारे कितने लोगों पे ये लोग रेड कर चुके, कुछ नहीं मिला, अभी भी कुछ नहीं मिलेगा। तो CBI अपना काम कर रही है, उसे घबराने की जरूरत नहीं है। CBI को हम अपना काम करने दें, उनको ऊपर से आदेश हैं कि भाई इनको तंग करना है, ऊपर से आदेश हैं, अड़चने अड़ाओ। अड़चने आएंगी, काम नहीं रुकेगा, अड़चनों से काम किसी भी हालत में रुकने देना नहीं है। ਸਾਬਕਾ ਕੈਬਨਿਟ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਅੱਜ ਆਪਣੀ ਧਰਮ ਪਤਨੀ ਵਿਧਾਇਕ ਗਨੀਵ ਕੌਰ ਅਤੇ ਸਮਰਥਕਾਂ ਸਮੇਤ ਇਤਿਹਾਸਕ ਗੁਰਦੁਆਰਾ ਸਾਹਿਬ 9ਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਈ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਜੇਲ੍ਹ ਯਾਤਰਾ ਬਾਰੇ ਗੱਲਬਾਤ ਕੀਤੀ। ਮਜੀਠੀਆ ਨੇ ਕਿਹਾ ਕਿ ਉਹਨਾਂ ਦੀ ਜੇਲ੍ਹ ਯਾਤਰਾ ਬਹੁਤ ਹੀ ਵਧੀਆ ਅਤੇ A1 ਸੀ। ਉਹਨਾਂ ਕਿਹਾ ਕਿ ਭਾਵੇਂ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਪਰੰਤੂ ਉਹ ਬਹੁਤ ਕੁਝ ਸਿੱਖ ਕੇ ਆਏ ਨੇ। ਉਹਨਾਂ ਦੱਸਿਆ ਕਿ ਉਹ ਜੇਲ੍ਹ ਵਿੱਚ ਜ਼ਮੀਨ 'ਤੇ ਹੀ ਸੌਂਦੇ ਸਨ, ਭਾਵੇਂ ਕਿ ਕੁਝ ਕੁ ਲੋਕਾਂ ਨੂੰ ਬੈੱਡ, ਗੱਦੇ ਅਤੇ ਗ੍ਰੀਨ ਟੀ ਦੇ ਨਾਲ ਨਾਲ ਕਾਜੂ ਬਦਾਮ ਵੀ ਮੁਹੱਈਆ ਹੁੰਦੇ ਸਨ, ਜਿਸ ਬਾਰੇ ਜ਼ਿਆਦਾ ਜਾਣਕਾਰੀ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਹੀ ਦੱਸ ਸਕਦੇ ਨੇ। ਅਤੇ ਮਜੀਠੀਆ ਨੇ ਜੇਲ੍ਹ ਯਾਤਰਾ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਮੈਨੂੰ ਨਵਜੋਤ ਸਿੰਘ ਸਿੱਧੂ ਦੀ ਵੀ ਚਿੰਤਾ ਹੈ, ਉਹਨਾਂ ਲਈ ਵੀ ਰੱਬ ਤੋਂ ਸੁੱਖ ਮੰਗਦਾ ਹਾਂ। ਮੈਨੂੰ ਸਿੱਧੂ ਸਾਹਿਬ ਦੀ ਵੀ ਚਿੰਤਾ ਹੈ, ਮੈਨੂੰ ਉਹਨਾਂ ਦੇ ਬੱਚਿਆਂ ਦੀ ਵੀ, ਮੈਂ ਦਰਦ ਨੂੰ ਮਹਿਸੂਸ ਕਰਦਾ, ਉਹਨਾਂ ਦੀ ਬੇਟੀ ਦੇ ਦਰਦ ਨੂੰ ਵੀ ਮਹਿਸੂਸ ਕਰਦਾ, ਉਹਨਾਂ ਦੀ ਧਰਮ ਪਤਨੀ ਦੇ। ਮੈਂ ਏਡਾ ਕਿਹਾ ਗੁਜ਼ਰਾ ਨਹੀਂ ਕਿ ਮੈਂ ਅੱਜ ਸਿੱਧੂ ਸਾਹਿਬ ਜੇਲ੍ਹ 'ਚ ਨੇ ਤਾਂ ਮੈਂ ਸਵਾਦ ਲਵਾਂ ਇਸ ਗੱਲ ਦਾ, ਨਾ ਠੀਕ ਹੈ ਉਹ ਉਹਨਾਂ ਨੂੰ ਉਹ ਸਜ਼ਾ ਜਾਪਦਾ ਨੇ, ਮਗਰ ਮੈਂ ਉਹਨਾਂ ਦੀ ਵੀ ਸੁੱਖ ਮੰਗਾਂ ਜੇ ਰਿਹਾਈ ਹੋਵੇ ਉਹ ਵੀ ਆਪਦੇ ਪਰਿਵਾਰ। ਜਿੱਥੇ ਕੋਰਟ ਦੇ ਆਰਡਰ ਸੀ ਉੱਥੇ ਚਲੇ ਗਏ, ਜਿੱਥੇ ਉਹਨਾਂ ਨੇ ਪਾ ਦਿੱਤਾ ਉੱਥੇ ਪੈ ਗਏ। ਇਹ ਮੇਰੇ ਨਾਲ ਕਰਦੇ ਸੀ, ਇਹਨਾਂ ਨੂੰ ਇਸ ਗੱਲ ਦਾ ਗੁੱਸਾ ਹੋ ਗਿਆ। ਉੱਥੇ ਇੱਕ ਸੈੱਲ ਬਣਿਆ ਜਿਸ 'ਚ ਕਈ IPS IAS ਅਫਸਰ, ਕਈ ਆ ਜਿਹੜੇ ਨਵੇਂ ਮੁਲਾਜ਼ੇ ਵਾਲੇ ਹੁੰਦੇ, ਜਿਵੇਂ ਨਵਾਂ ਪਰਤ ਆਉਂਦਾ ਕੋਵਿਡ ਵੇਲੇ, ਉਹ ਵਾਰਡ ਵੀ ਬਣੀ ਸੀ, ਜਿੰਨੇ ਵੀ ਨੋਰਮਲ ਕੋਈ ਹਵਾਲਾਤੀ ਆ ਉਹ ਵੀ ਉੱਥੇ ਰਿਹਾ, ਬਾਲ ਸਾਹਿਬ ਵੀ ਉੱਥੇ ਰਹੇ ਆ, ਮਾਨ ਸਾਹਿਬ ਵੀ ਮੈਨੂੰ ਕੋਈ ਦੱਸਦਾ ਸੀ ਉੱਥੇ ਰਹੇ ਆ, ਕਈ ਅਫਸਰ, ਕਈ ਮਤਲਬ ਹਰ ਕਿੱਤੇ ਨਾਲ ਸੰਬੰਧਿਤ, ਖਹਿਰਾ ਸਾਹਿਬ ਵੀ ਉੱਥੇ ਰਹੇ। ਜੇਲ੍ਹ ਭਾਈ ਜੇਲ੍ਹ ਹੈ, ਠੀਕ ਹੈ, ਹੁਣ VVIP ਫੈਸਿਲਿਟੀ ਕਿਹੜੀ ਹੈ ਇਹ ਦੱਸਣ ਜੇਲ੍ਹਾਂ ਦੇ, ਜੇ ਇਹਨਾਂ ਨੂੰ ਨਾ ਅਸਲ 'ਚ ਦਿਮਾਗ 'ਚ ਕੋਈ ਮਤਲਬ ਪਤਾ ਨਹੀਂ ਕੀ ਹੈ, ਮਜੀਠੀਏ ਦਾ ਫਤੂਰ ਹੀ ਚੜਿਆ। ਫੈਸਿਲਿਟੀ ਕੰਧਾਂ ਨਾਲ ਨਹੀਂ ਆ, ਕਿ ਕੰਧਾਂ ਵੀ ਕੋਈ ਫੈਸਿਲਿਟੀ ਦੇ ਸਕਦੀਆਂ ਨੇ? ਆਫਟਰ ਆਲ ਤੁਸੀਂ ਚਾਰ ਦੀਵਾਰੀ 'ਚ ਹੋ, ਔਰ ਉਹ ਜੇਲ੍ਹ ਬਣੀ ਆ 1937 ਦੀ ਜਾਂ 31 ਦੀ, ਮੇਰੇ ਕਰਕੇ ਕੋਈ ਨਵਾਂ ਕਮਰਾ ਨਹੀਂ ਪੈ ਗਿਆ।
हाँ जिन्हां नूं बैड मिले है, जिन्हां नूं गद्दे मिले है, जिन्हां नूं कूलर मिले है, जिन्हां नूं अठ अठ कदे बदाम मिलना, चकंदर मिलना, कदे सवेरे कैमोमाइल टी आनी है, शाम नूं केड़ी टी आनी है, इन्नी तां तुहानूं नहीं मिली होनी बाहर रहिंदे आ, उन्हूं वी वी आई पी फैसिलिटी तां कह सकदे आ। मेनू की पुछदे हाले भी नहीं अड़दे स्वाद लैण, जिहड़ा कहण डिया उहनूं पुछो ना। थाना डुगरी के घेरे अंदर पेंदे इलाका शहीद भगत सिंह नगर तो बीते दिन अगवा हुए 3 महीने के बच्चे नूं पुलिस ने देर रात बठिंडा तो बरामद कर लिया। जानकारी दिंदिया पुलिस कमिश्नर रवचरण सिंह बराड़ ने दस्सिया कि अगवाकारां ने बच्चे नूं अगवा करन उपरंत बठिंडा के एक व्यक्ति नूं 50,000 रुपए च वेच दिता सी, जिस तों पुलिस ने बच्चे नूं बरामद कर लिया। उन्हां दस्सिया कि इस मामले विच अगवाकारां समेत 10 व्यक्तियों नूं पुछ पड़ताल लई पुलिस ने हिरासत विच लै लिया अते उन्हां तों पुछ पड़ताल कीती जा रही है। कल डुगरी थाना दे एरिए च साजन ते नेहा नाम दे दो व्यक्तियों दा एक बच्चा जिहड़ा कि 3 महीने दा सी, आ दुध पींदा बच्चा उहदे पालने चों किडनैप कर लिया सी। 5 लोगों ने जिहदे च साडे मानयोग DGP साहब, मानयोग कमिश्नर पुलिस लुधियाना, उन्हें उचेचे तौर पर यह हदायत की कि इस केस नूं एक चैलेंज के तौर पर लैके लुधियाना पुलिस सारी की सारी इकट्ठी होकर काम करे। तो लुधियाना पुलिस दियां जिहड़ियां टीमां लगियां सी उन्होंने बहुत ही वधिया तरीके नाल, उमदा तरीके नाल कार्रवाई करते हुए बच्चे नूं सही सलामत 20 घंटिया के बरामद कर लिया। और जेडे व्यक्ति जिन्होंने इस ऐसे संगीन जुर्म को अंजाम दिता सी, 5 व्यक्ति जेडे मौके तो इस वारदात च शामिल सीगे, उन्हां दे पिछे जेडे 4 होर व्यक्ति सीगे, 9 व्यक्तियों नूं हिरासत च लै लिया। और बच्चे नूं उहदे माँ बाप नूं तुहाडे सामने लौटाता, उन्हां नूं वापस करता। साजन जिला हरदोई बाला मुजफ्फर। यहाँ कहाँ रहते हो? यहाँ डुगरी जैन मंदिर के पास। जैन मंदिर के पास। कैसे कैसे बच्चे को कैसे लेके? बच्चे को तो मैं तो गेड़ा लगाने के केस है, मेरे को मालूम है, मैं सब बताता हूँ आपको। वो 3 बंदे आए निमाड़ का रेट पूछने लगे, उसने पूछा वो बंदे हैं नहीं, कौन बेचते हैं, ओके गेड़ा लगाने के। और फिर इतने में इनको, मेरा साला छोटा है उसको डंडे से रपटाया, फिर मेरी बीबी ने उसको पीछे पीछे भागा, वो उनको कमरे में बंद कर दिया तीनों को, फिर एक जनानी और थी उसको भी कमरे में बंद कर दिया, 4 लोग थे। बच्चा कहाँ से मिला? बच्चा तो डुगरी हमको मिला है, बच्चा कहाँ बताए सुनो, बठिंडा से मिला है। तो पुलिस वालों ने कितनी देर में आपका बच्चा ढूंढ लिया? हमको 24 घंटे पहले पहले दे दिया, 10 बजे बच्चा आ गया था। जब आपका बच्चा गया होगा आप पुलिस के पास गए थे? हाँ पुलिस के पास भी गए थे। क्या कहा पुलिस ने? पुलिस ने कहा था अभी पता करते हैं आपको, 24 घंटे के अंदर आपको बच्चा मिल जाएगा, 24 घंटे के अंदर ही अंदर हमारा बच्चा मिल गया। बच्चे की सेहत कैसी है? बच्चे की सेहत तो सही है, ठीक है, बिल्कुल। क्या कहना चाहोगे? एक बढ़िया नंबर है। फरीदकोट जिले के पिंड बूटर विच नशेड़ी पति ने कहीं नाल वार कर पत्नी का बेरहमी नाल कतल कर दिता। मृतक औरत की पहचान परमजीत कौर वजो हुई है, जिन्हों की उम्र 40 साल की है। पुलिस वालों लाश कब्जे में लैके अगली कार्रवाई शुरू कर दी गई है। इन्दे जो सारे जी कुछ नहीं जी, इनकी साड़ी गुड़िया से जी, इन्हें यह होया भी इस बंद ने 2-3 वाली पहला भी इन्हें कुटिया कटाया, बहुत कुछ करता रहा जी। 7 इन्दे बच्चे है जी, गुड़िया 7, 1 मुंडा है जी, इन्होंने बहुत कुछ करता जी। अभी फिर भी इस बंद ने बहुत समझाया, बहुत हत्था देंदे रहे जी, बहुत ज़्यादा। फिर भी इन्हें राति जी वाल धोन लगी, सिर धोन लगी, शैंपू ला के नहीं हुई, जो पिछों इन्हें कई चक्की कई नाल, जो पिछे वार किया फिर ऐ डिगी, फिर इन कई फिर मारी, 7 to 8 वार किए इस बंद कई मार। हाँ डैथ हो गई। की लगता क्यों
ਕੋਈ ਸਰ ਇੱਕ ਸਾਨੂੰ ਕੋਈ ਸਮਝ ਨਹੀਂ ਇਸ ਗੱਲ ਦੀ ਆ ਰਹੀ ਵੀ ਕੀ ਸੀ ਕੋਈ ਸਾਨੂੰ ਦੱਸਦਾ ਕੋਈ ਵੀ ਨਸ਼ੇੜੀ ਹੈ ਜੀ ਪੂਰਾ ਨਸ਼ੇੜੀ ਹੈ ਜੀ ਪੂਰਾ ਨਸ਼ੇੜੀ ਹੈ ਜੀ ਜਮਾਂ ਕਿੰਨਾ ਟਾਈਮ ਹੋ ਗਿਆ ਸੀ ਵਿਆਹ ਹੋਏ ਨੂੰ ਅਤੇ ਵਿਆਹ ਹੋਏ ਨੂੰ ਤਾਂ ਕੋਈ ਹੋ ਗਿਆ ਮੇਰੇ ਹਿਸਾਬ ਨਾਲ 20-30 ਸਾਲ ਹੋ ਚੱਲੇ 20 ਸਾਲ ਹੋ ਚੱਲੇ ਹਾਂਜੀ ਬੱਚਾ ਛੋਟਾ ਬੱਚਾ ਕਿੰਨਾ ਕਿੰਨਾ ਬੇਟਾ ਜਿਹੜਾ ਹੈ ਜੀ ਤਿੰਨ ਕੁ ਸਾਲ ਦਾ ਜਿਹੜਾ ਬੇਟਾ ਜੀ ਸੁਣ ਜੀ ਕੀ ਮੰਗ ਕੀ ਹੈ ਸਰਕਾਰ ਤੋਂ ਮੰਗ ਇਹ ਸਾਨੂੰ ਇਨਸਾਫ ਜਿਹੜਾ ਵੀ ਪੂਰਾ ਦੀ ਪੂਰਾ ਕੀਤਾ ਜਾਵੇ ਮਿਲਣਾ ਪੜ੍ਹ ਲਿਆ ਪੁੱਛ ਲਿਆ ਹਲੇ ਹਾਂਜੀ ਨਹੀਂ ਜੀ ਹਲੇ ਤਾਂ ਕੋਈ ਨਹੀਂ ਹਾਂਜੀ ਫਰਾਰ ਹੈ ਹਲੇ ਤਾਂ ਕੋਈ ਨਹੀਂ ਗ੍ਰਿਫਤ ਚ ਆਇਆ ਇਹ ਪੁਲਿਸ ਸਟੇਸ਼ਨ ਸਾਦਕ ਚਕਵੋਟਰ ਪਿੰਡ ਪੈਂਦਾ ਉੱਥੇ ਮੀਆਂ ਬੀਬੀ ਦਾ ਆਪਸ 'ਚ ਝਗੜਾ ਸੀ ਅਤੇ ਜਿਸ ਦੇ ਚੱਲਦੇ ਮੀਆਂ ਨੇ ਆਪਣੀ ਬੀਬੀ ਦੇ ਸਿਰ 'ਚ ਕਹੀ ਮਾਰੀ ਹੈ ਅਤੇ ਉਹਦੀ ਵਾਈਫ ਹੈ ਜਿਹੜੀ ਉਹਦੀ ਡੈਥ ਹੋ ਗਈ ਸੀ ਜਿਸ ਦੇ ਚੱਲਦੇ ਅਸੀਂ ਇਹ ਪਰਚਾ ਇੱਕ ਪੁਲਿਸ ਸਟੇਸ਼ਨ ਸਾਦਕ 'ਚ ਅੰਡਰ ਸੈਕਸ਼ਨ 302 ਉਹਦੇ ਘਰ ਦੇ ਖਿਲਾਫ਼ ਦਰਜ ਕੀਤਾ ਜੀ ਮੀਆਂ ਬੀਬੀ ਦਾ ਕਾਟੋ ਕਲੇਸ ਹੈ ਜੀ ਜਿਹੜਾ ਰੈਗੂਲਰ ਉਹੀ ਹੈ ਨਹੀਂ ਜੀ ਇਹ ਐਕਚੁਲੀ ਬੰਦਾ ਜਦੋਂ ਮਾਰੇ ਕੂਏ ਤੋਂ ਬਾਅਦ ਸਾਨੂੰ ਲੇਟ ਇਨ ਦੀ ਨਾਈਟ ਹੋਇਆ ਤਾਂ ਜਦੋਂ ਪੁਲਿਸ ਪਹੁੰਚੀ ਹੈ ਤਾਂ ਉੱਥੇ ਜਿਹੜਾ ਦੋਸ਼ੀ ਉਹ ਹੈ ਨਹੀਂ ਸੀ ਬਟ ਅਸੀਂ ਪਾਰਟੀਆਂ ਬਣਾ ਕੇ ਰਿਸਰਚ ਕਰ ਰਹੇ ਹਾਂ ਪਿਛਲੇ ਦਿਨੀ ਰਾਵੀ ਦਰਿਆ ਵਿੱਚ ਅਚਾਨਕ ਪਾਣੀ ਵਧਣ ਕਾਰਨ ਖਰਾਬ ਹੋਈ ਫਸਲਾਂ ਅਤੇ ਟੁੱਟੀ ਸੜਕ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਪੇਂਡੂ ਵਿਕਾਸ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਉਚੇਚੇ ਤੌਰ 'ਤੇ ਪਿੰਡ ਖੋਨੇਵਾਲਾ ਵਿਖੇ ਪਹੁੰਚੇ ਸਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਰਾਵੀ ਦਰਿਆ ਵਿੱਚ ਪਾਣੀ ਵਧਣ ਕਾਰਨ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਰੀਬ 1300 ਏਕੜ ਫਸਲ ਦਾ ਨੁਕਸਾਨ ਹੋਇਆ ਜਿਸ ਦਾ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਉਹਨਾਂ ਇਹ ਵੀ ਕਿਹਾ ਹੈ ਕਿ ਰਾਵੀ ਦਰਿਆ 'ਤੇ ਬਣੇ ਪੁਲ ਨੂੰ ਜਾਣ ਵਾਲੀ ਇਸ ਸੜਕ ਦੀ ਮਾਹਿਰਾਂ ਦੀ ਰਾਏ ਅਨੁਸਾਰ ਨਵ ਉਸਾਰੀ ਕੀਤੀ ਜਾਵੇਗੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਰਾਵੀ ਦਰਿਆ ਦਾ ਪਾਣੀ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਕਰ ਸਕੇ ਇਸ ਵੇਲੇ ਆਪਾਂ ਹਿੰਦ ਪਾਕ ਬਾਰਡਰ ਦੇ ਕੰਢੇ ਦੇ ਉੱਤੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀ ਸਾਂਝੀ ਜਗ੍ਹਾ ਦੇ ਉੱਤੇ ਬੈਠੇ ਕੋਰਨਰ ਦੇ ਉੱਤੇ ਬੈਠੇ ਹਾਂ ਰਾਵੀ ਦਰਿਆ ਦੇ ਕੰਢੇ 'ਤੇ ਬੈਠੇ ਦੋ ਦਿਨ ਪਹਿਲਾਂ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਬਹੁਤ ਜ਼ਿਆਦਾ ਵਧਾਅ ਹੋ ਗਿਆ ਸੀ ਵੱਧ ਗਿਆ ਸੀਗਾ ਉਹਦੇ ਨਾਲ ਪਾਣੀ ਜਿਹੜਾ ਉੱਪਰ ਆ ਗਿਆ ਅਤੇ ਸਾਡੀ ਜਿਹੜੀ ਸੜਕ 'ਤੇ ਆਪਾਂ ਬੈਠੇ ਹਾਂ ਮੇਨ ਸੜਕ ਜਿਹੜੀ ਟੁੱਟਣ ਦਾ ਗੁਰਦਾਸਪੁਰ ਵਾਲੇ ਪਾਸੇ ਕਰੀਬ ਆਪਣਾ 800 ਏਕੜ ਦੇ ਕਰੀਬ ਫਸਲ ਜਿਹੜੀ ਜਿਹਦਾ ਨੁਕਸਾਨ ਹੋਇਆ ਪਰ ਅੰਮ੍ਰਿਤਸਰ ਵਾਲੇ ਪਾਸੇ ਕੋਨੇਵਾਲ ਪਿੰਡ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੈ ਅੰਮ੍ਰਿਤਸਰ ਵਾਲੇ ਪਾਸੇ ਕਰੀਬ 500 ਏਕੜ ਜ਼ਮੀਨ ਜਿਹੜੀ ਉਹ ਖਰਾਬ ਹੋਈ ਹੈ ਅੱਜ ਅਸੀਂ ਸਾਡੇ DC ਸਾਹਿਬ ਗੁਰਦਾਸਪੁਰ ਤੋਂ ਸਾਡੇ ADC ਸਾਹਿਬ SDM ਸਾਹਿਬ XCN ਸਾਹਿਬ ਸਾਡੇ ਸਾਰੇ ਅਫਸਰ ਜਿਹੜੇ ਆ ਉਹ ਮੇਰੇ ਨਾਲ ਆਏ ਆ ਤਾਂ ਅਸੀਂ ਇਹ ਦੇਖ ਰਹੇ ਹਾਂ ਕਿ ਇਹਦਾ ਕੀ ਹੱਲ ਕੀਤਾ ਜਾਵੇ ਕਿਉਂਕਿ ਹਰ ਵਾਰ ਇੱਥੇ ਪਾਣੀ ਆ ਜਾਂਦਾ ਔਰ ਅਸੀਂ ਇਹਦਾ ਪਰਮਾਨੈਂਟ ਇਲਾਜ ਜਿਹੜਾ ਉਹ ਕਰਨਾ ਚਾਹੁੰਦੇ ਹਾਂ ਕਿ ਪਰਮਾਨੈਂਟਲੀ ਕਿੱਦਾਂ ਪਿੱਛੇ ਬੰਨ੍ਹ ਕੇ ਕਿਉਂਕਿ ਕਾਫੀ ਪੁਰਾਣੀ ਸਮੱਸਿਆ ਲਗਭਗ ਜਦੋਂ ਪਾਣੀ ਵੱਧਦਾ ਉਦੋਂ ਹੀ ਇਹ ਟੁੱਟ ਜਾਂਦਾ ਅਤੇ ਇੱਧਰ ਦੋਵੇਂ ਪਾਸੇ 'ਤੇ ਨੁਕਸਾਨ ਹੋ ਜਾਂਦਾ ਸੋ ਇੱਕ ਤਾਂ ਮੈਂ ਕਿਸਾਨ ਭਰਾਵਾਂ ਨੂੰ ਕਹਿਣਾ ਹੈ ਕਿ ਸਰਕਾਰ ਉਹਨਾਂ ਦੇ ਨਾਲ ਜਿੰਨਾ ਉਹਨਾਂ ਦਾ ਨੁਕਸਾਨ ਹੋਇਆ ਹੋਊਗਾ ਅਸੀਂ ਉਹ ਕੈਲਕੂਲੇਟ ਕਰਾਂਗੇ ਜੋ ਵੀ ਨੁਕਸਾਨ ਹੋਇਆ ਹੋਊਗਾ ਅਜੇ ਚੰਗੀ ਗੱਲ ਇਹ ਹੈ ਕਿ ਇੱਥੇ ਕਮਾਦ ਦੀ ਫਸਲ ਹੈ ਕਮਾਦ ਦਾ ਨੁਕਸਾਨ ਉਹਨਾਂ ਨਹੀਂ ਹੁੰਦਾ ਜਿੰਨਾ ਝੋਨੇ ਦੇ ਡੁੱਬਣ ਕਾਰਨ ਝੋਨੇ ਦਾ ਨੁਕਸਾਨ ਹੋ ਜਾਂਦਾ ਪਰ ਜਿੰਨਾ ਵੀ ਨੁਕਸਾਨ ਹੋਇਆ ਹੋਊਗਾ ਸਰਕਾਰ ਉਹਦਾ ਮੁਆਵਜ਼ਾ ਦੇਵੇਗੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਾਣੀਆਂ ਅਤੇ ਪੰਜਾਬ ਨਾਲ ਸੰਬੰਧਿਤ ਹੋਰ ਮੁੱਦਿਆਂ ਨੂੰ ਲੈ ਕੇ ਵੱਖ ਵੱਖ ਥਾਵਾਂ 'ਤੇ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਅੱਜ ਚੰਡੀਗੜ੍ਹ ਵਿਖੇ ਇਹ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਵੱਲੋਂ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਹੋਰ ਵੀ ਆਗੂ ਸ਼ਾਮਿਲ ਹੋਏ ਇਹ ਕਾਨਫਰੰਸਾਂ ਅਤੇ ਰੈਲੀਆਂ 15 ਸਤੰਬਰ 20 ਸਤੰਬਰ 30 ਸਤੰਬਰ 5 ਅਕਤੂਬਰ 10 ਅਕਤੂਬਰ ਅਤੇ 15 ਅਕਤੂਬਰ ਨੂੰ ਕੀਤੀਆਂ ਜਾਣਗੀਆਂ ਰਾਜੇਵਾਲ ਨੇ ਦੱਸਿਆ ਕਿ ਇਹ ਰੈਲੀਆਂ ਅਤੇ ਕਾਨਫਰੰਸਾਂ ਫਤਿਹਗੜ੍ਹ ਸਾਹਿਬ ਮਹਿਤਾ ਚੌਂਕ ਅੰਮ੍ਰਿਤਸਰ ਫਗਵਾੜਾ ਬਠਿੰਡਾ ਮੋਰਿੰਡਾ ਨਾਭਾ ਅਤੇ ਤਲਵੰਡੀ ਭਾਈ ਵਿਖੇ ਕੀਤੀਆਂ ਜਾਣਗੀਆਂ 5 ਅਗਸਤ ਨੂੰ ਅਸੀਂ ਮੋਹਾਲੀ ਇੱਕ ਵੱਡੀ ਰੈਲੀ ਕਰਕੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਪਾਣੀਆਂ ਦੇ ਮੁੱਦਿਆਂ ਦੇ ਉੱਤੇ ਇੱਕ ਮੈਮੋਰੰਡਮ ਦਿੱਤਾ ਸੀ ਉਹ 1 ਮਹੀਨੇ ਦਾ ਨੋਟਿਸ ਦਿੱਤਾ ਸਰਕਾਰ ਨੂੰ ਪਰ ਉਹਨੂੰ ਅੱਗੇ ਤੋਰਨ ਵਾਸਤੇ ਸਾਰੇ ਪੰਜਾਬ ਵਿੱਚ ਹੋਰ ਤਿਆਰੀ ਕਰਨ ਵਾਸਤੇ ਵੱਡੇ ਪੱਧਰ 'ਤੇ ਅਸੀਂ ਇੱਕ ਪ੍ਰੋਗਰਾਮ ਉਲੀਕਿਆ ਅਸੀਂ ਜ਼ੋਨ ਵਾਈਜ਼ 6 ਵੱਡੀਆਂ ਕਾਨਫਰੰਸਾਂ ਪੰਜਾਬ 'ਚ ਕਰਨ ਜਾ ਰਹੇ ਹਾਂ 15 ਸਤੰਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਤਰਨ ਤਾਰਨ ਦੀ ਚੌਕ ਮਹਿਤੇ ਹੋਏਗੀ ਰੈਲੀ 20 ਸਤੰਬਰ ਨੂੰ
ਰੋਪੜ ਮੋਹਾਲੀ ਲੁਧਿਆਣਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀ ਮੋਰਿੰਡੇ ਵਿਖੇ ਰੈਲੀ ਹੋਏਗੀ। 30 ਸਤੰਬਰ ਨੂੰ ਕਪੂਰਥਲਾ ਹੁਸ਼ਿਆਰਪੁਰ ਨਵਾਂਸ਼ਹਿਰ ਅਤੇ ਜਲੰਧਰ ਜ਼ਿਲ੍ਹੇ ਦੀ ਰੈਲੀ ਫਗਵਾੜੇ 'ਚ ਹੋਏਗੀ। 5 ਅਕਤੂਬਰ ਨੂੰ ਪਟਿਆਲਾ ਸੰਗਰੂਰ ਮਲੇਰਕੋਟਲਾ ਇਹਨਾਂ ਜ਼ਿਲ੍ਹਿਆਂ ਦੀ ਰੈਲੀ ਨਾਭੇ 'ਚ ਹੋਏਗੀ। 10 ਅਕਤੂਬਰ ਨੂੰ ਬਰਨਾਲਾ ਬਠਿੰਡਾ ਮਾਨਸਾ ਮੁਕਤਸਰ ਇਹਨਾਂ ਜ਼ਿਲ੍ਹਿਆਂ ਦੀ ਰੈਲੀ ਬਠਿੰਡੇ ਹੋਏਗੀ ਅਤੇ 15 ਅਕਤੂਬਰ 2022 ਨੂੰ ਫਰੀਦਕੋਟ ਮੋਗਾ ਫਾਜ਼ਿਲਕਾ ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਦੀ ਰੈਲੀ ਤਲਵੰਡੀ ਭਾਈ 'ਚ ਹੋਏਗੀ। ਉੱਥੋਂ ਅਸੀਂ ਪੰਜਾਬ ਦੇ ਲੋਕਾਂ ਨੂੰ ਪਾਣੀਆਂ ਦੀ ਲੜਾਈ ਬਾਰੇ ਡਿਟੇਲ 'ਚ ਉਹਨਾਂ ਨਾਲ ਸਾਂਝੀ ਕਰਾਂਗੇ ਤਾਂ ਕਿ ਇੱਕ ਮਾਹੌਲ ਬਣ ਸਕੇ। ਸਮਾਜ ਵਿਰੋਧੀ ਅੰਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਸ਼ੁੱਕਰਵਾਰ ਨੂੰ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਖਰੜ ਦੇ ਇੱਕ ਨੌਜਵਾਨ ਜਿਸ ਨੂੰ ਹਨੀ ਟਰੈਪ ਕਰਕੇ ਅਗਵਾ ਕਰ ਲਿਆ ਗਿਆ ਸੀ। ਇਸ ਮਾਮਲੇ ਨੂੰ ਮਹਿਜ 48 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸੁਲਝਾ ਲਿਆ ਗਿਆ ਸੀ। ਖਰੜ ਨਜ਼ਦੀਕ ਇੱਕ ਯੂਨੀਵਰਸਿਟੀ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਨੂੰ ਹਨੀ ਟਰੈਪ 'ਚ ਫਸਾ ਕੇ ਅਗਵਾ ਕਰਨ ਵਾਲੀ ਇੱਕ ਲੜਕੀ ਸਮੇਤ 3 ਮੁਲਜ਼ਮਾਂ ਨੂੰ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹਿਤੇਸ਼ ਨਾਂ ਦੇ ਵਿਦਿਆਰਥੀ ਨੂੰ ਵੀ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ ਅਤੇ ਇਸ ਸੰਬੰਧੀ DIG ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਣ ਅਜੇ ਕਾਦੀਆਂ ਅਤੇ ਰਾਖੀ ਵਜੋਂ ਹੋਈ ਹੈ। ਪੁਲਿਸ ਨੇ ਉਹਨਾਂ ਕੋਲੋਂ ਇੱਕ ਪਿਸਟਲ, ਜ਼ਿੰਦਾ ਕਾਰਤੂਸ ਅਤੇ ਵਾਰਦਾਤ ਦੌਰਾਨ ਵਰਤੀ ਕਾਰ ਵੀ ਬਰਾਮਦ ਕਰ ਲਈ ਹੈ। ਇਹ ਜਿਹੜਾ ਮੇਨ ਅਕਿਊਜ਼ ਫੜਿਆ ਗਿਆ ਜਿਹਦਾ ਨਾਂ ਹੈ ਅਜੇ ਕਾਦੀਆਨ, ਉਹ ਤੁਹਾਨੂੰ ਪ੍ਰੈਸ ਦੇ ਵਿੱਚ ਆ ਜਾਏਗਾ ਨੋਟ 'ਚ। ਅਜੇ ਕਾਦੀਆਨ ਨੇ ਸਾਰੀ ਪਲੈਨਿੰਗ ਕੀਤੀ, ਆਪਣਾ ਇੱਕ ਹੋਰ ਦੋਸਤ ਹੈ ਉਹਦਾ ਵੀ ਅਜੇ ਉਹ ਸੱਸੇ ਦਾ ਹੈਗਾ ਅਤੇ ਇੱਕ ਲੜਕੀ ਹੈ ਰਾਖੀ। ਇਹਨਾਂ ਸਭ ਨੇ ਪਲੈਨ ਮਿਲ ਕੇ ਕੀਤਾ। ਸੋਸ਼ਲ ਪ੍ਰੋਫਾਈਲ ਦੇ ਉੱਤੇ ਇਹ ਟਾਰਗੇਟਸ ਪਿਕਅਪ ਕਰਦੇ ਆ ਕਿ ਜਿਹੜੇ ਬੰਦਿਆਂ ਦੀ ਪ੍ਰੋਫਾਈਲ ਠੀਕ ਹੈ, ਅਮੀਰਜ਼ਾਦੇ ਨੇ ਜਾਂ ਥੋੜ੍ਹੇ ਅੱਛੇ ਘਰਾਂ ਦੇ ਲੱਗਦੇ ਇਹਨਾਂ ਨੂੰ, ਉਹਨੂੰ ਲੜਕੀ ਦੇ ਥਰੂ ਅਪਰੋਚ ਕਰਾ ਕੇ। ਹਨੀ ਟਰੈਪ ਦਾ ਇਹ ਬੜਾ ਇੰਪੋਰਟੈਂਟ ਅਤੇ ਬੜਾ ਨਵੇਕਲਾ ਜਿਹਾ ਕੇਸ ਆਇਆ ਕਿ ਜਿਸ 'ਚ ਲੜਕੀ ਨੂੰ ਇੱਕ ਯੂਜ਼ ਕੀਤਾ ਗਿਆ ਮੋਹਰਾ ਬਣਾ ਕੇ ਟਰੈਪ ਕਰਨ ਵਾਸਤੇ। ਇੱਕ ਤਰ੍ਹਾਂ ਚੈਟਿੰਗ ਕੀਤੀ ਗਈ ਇੰਸਟਾਗ੍ਰਾਮ ਫੇਸਬੁੱਕਸ ਦੇ ਉੱਤੇ, ਪ੍ਰੋਫਾਈਲ ਦੇਖ ਕੇ ਬੰਦਿਆਂ ਦੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ। ਉਸ ਤੋਂ ਬਾਅਦ ਫਿਰ ਇਹਨੂੰ ਲੜਕੀ ਨੂੰ ਮਿਲਣ ਦਾ ਟਾਈਮ ਮੁਕਰਰ ਕੀਤਾ ਗਿਆ ਔਰ ਜਿਹੜੇ ਵਾਰਦਾਤ ਵਾਲੇ ਦਿਨ ਇਹਨੂੰ ਇੱਥੇ ਜਿਹੜੇ ਪੰਜਾਬ ਮੋਲ ਦੇ ਕੋਲ ਲਾਇਆ, ਫਿਰ ਉੱਥੇ ਇਹ ਇੰਟਰੋਡਿਊਸ ਹੋਇਆ ਅਜੇ ਕਾਦੀਆਨ ਨੇ ਐਜ ਏ ਫਰੈਂਡ ਆਫ ਰਾਖੀ। ਅਤੇ ਰਾਖੀ ਨੇ ਇਹਨੂੰ ਕਿਹਾ ਕਿ ਆਪਾਂ ਇੱਕ ਹਾਊਸ ਪਾਰਟੀ ਵੀ ਕਰਨੀ ਹੈ। ਫਿਰ ਉਹ ਸਾਰੇ ਉਹਦੇ ਘੜੂਏ ਜਾ ਕੇ ਉਹਦੇ ਕਾਲਜ ਦੇ ਉੱਤੋਂ, ਫਿਰ ਇਹ ਜਿਹੜਾ ਰਣਜੀਤ ਐਵਨਿਊ ਰਣਜੀਤ ਨਗਰ ਇਹ ਖਰੜ ਉੱਥੇ ਇਹਨਾਂ ਦਾ ਇੱਕ ਫਲੈਟ ਸੀਗਾ, ਉੱਥੇ ਲੈ ਕੇ ਗਏ ਜੋ ਹੁਣ ਕੁਛ ਵੀ ਤੋਂ ਪਤਾ ਲੱਗਿਆ। ਪਹਿਲਾਂ ਇਹਨਾਂ ਨੇ ਉੱਥੇ ਜਦੋਂ ਉਹਨੂੰ ਗੱਡੀ ਦੇ ਵਿੱਚ ਓਵਰਪਾਵਰ ਕਰਕੇ ਉਹਦੀ ਅੱਖਾਂ 'ਚ ਮਿਰਚਾਂ ਪਾਈਆਂ, ਫਿਰ ਉਹਨੂੰ ਇੱਕ ਸੈਡੇਸ਼ਨ ਦਾ ਇੰਜੈਕਸ਼ਨ ਦਿੱਤਾ, ਬੇਹੋਸ਼ ਹੋ ਗਿਆ। ਉਹਨੂੰ ਬੜਾ ਇਨਹਿਊਮਨ ਤਰੀਕੇ ਨਾਲ ਡਿੱਗੀ 'ਚ ਪਾ ਕੇ ਅਤੇ ਆਪਣੇ ਫਲੈਟ ਲੈ ਗਏ। ਉੱਥੇ ਲੜਕੀ ਨੇ ਉਹਨੂੰ ਬੰਨ੍ਹ ਕੇ ਰੱਖਿਆ, ਇਹਨਾਂ ਨੇ ਲੜਕੀ ਸੁਪਰਵਾਈਜ਼ ਕਰ ਰਹੀ ਸੀ ਜਦੋਂ ਕਿ ਅਜੇ ਕਾਦੀਆਨ ਸਾਰੀਆਂ ਏਜੰਸੀਆਂ ਨੂੰ ਕਾਲਜ ਕਰ ਰਿਹਾ ਸੀ। ਔਰ ਇਹ ਇੰਨੇ ਦਿਨਾਂ ਤੋਂ ਉਹਨੂੰ ਕਦੇ ਸੈਡੇਟਿਵਸ ਪਾਣੀ ਦੇ ਵਿੱਚ ਘੋਲ ਕੇ, ਕਦੇ ਕੁਛ ਚੀਜ਼ਾਂ ਦੇ ਵਿੱਚ ਦਿੰਦੇ ਰਹੇ। ਔਰ ਇਹ ਲੱਕੀ ਆ ਕਿ ਲੜਕੀ ਦੀ ਸਹੀ ਸਲਾਮਤ ਆਪਾਂ ਨੂੰ ਮਿਲ ਗਿਆ, ਐਂਡ ਇਜ਼ ਹੇਲ ਐਂਡ ਹਾਰਟੀ। ਤੋ ਮੇਨ ਗੱਲ ਇਹਦੇ 'ਚ ਇਹ ਆਈ ਹੈ ਕਿ ਇਹ ਜਿਹੜਾ ਅਜੇ ਕਾਦੀਆਨ ਹੈ ਇਹ ਫਾਰਮਾਸਿਸਟ ਇਹਨੇ ਪਹਿਲਾਂ ਪੋਸਟ ਕਰਸ ਵੀ ਕੀਤਾ ਹੋਇਆ, ਨਾਲ ਇਹਦੇ ਇੱਕ ਦੋਸਤ ਹੈਗਾ ਜਿਹੜਾ ਕਿ MBBS ਕਰ ਰਿਹਾ ਅਜੇ, ਜਿਹੜਾ ਦੂਸਰਾ ਹੈਗਾ ਉਹਨੂੰ ਵੀ ਨੌਲੇਜ ਸੀਗੀ। ਇਹਨਾਂ ਨੇ ਉਹ ਮੈਡੀਕਲ ਸਟੋਰ, ਕਿਉਂਕਿ ਅਜੇ ਕਾਦੀਆਨ ਦੇ ਫਾਦਰ ਦਾ ਪਾਣੀਪਤ 'ਚ ਵੀ ਹੈ, ਉਹ ਸਾਰੀਆਂ ਗੱਲਾਂ ਰਲਾ ਕੇ ਇਹਨਾਂ ਨੇ ਕੰਮ ਕੀਤਾ। ਔਰ ਜਿਹੜੀਆਂ ਬਰਾਮਦਗੀਆਂ ਹੋਈਆਂ 5 ਮੋਬਾਈਲਸ ਨੇ, ਇੱਕ ਹੋਂਡਾ ਕਾਰ ਹੈਗੀ ਹੈ ਸੀਗੀ, ਔਰ ਇੱਕ 0.32 ਪਿਸਟਲ ਹੈ, ਉਹਦੇ ਨਾਲ 9 ਰਾਊਂਡਸ ਨੇ। ਸੋ ਇਹ ਸਾਰਾ ਜਿਹੜਾ ਓਪਰੇਸ਼ਨ ਹੈ ਇਹ 3 ਦਿਨ ਲਗਾਤਾਰ ਪੁਲਿਸ ਦੀ ਸਖ਼ਤ ਮਿਹਨਤ ਨਾਲ, ਸਪੈਸ਼ਲੀ SSP ਸਾਹਿਬ ਨੇ ਆਪ ਪਰਸਨਲੀ ਬਹੁਤ ਇਹਨੂੰ ਮੋਨੀਟਰ ਕੀਤਾ, ਔਰ ਐਗਜੀਕਿਊਸ਼ਨ ਦੇ ਵਿੱਚ ਕੋਈ ਵੀ ਅਸੀਂ ਚਾਂਸ ਨਹੀਂ ਲਿਆ ਗਿਆ ਕੋਈ ਆਫਿਸਰ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਦਿਨ ਰਾਤ ਇਸ ਕੰਮ 'ਤੇ ਲੱਗੇ, ਔਰ ਸਾਡੇ ਜਿਹੜੇ CM ਸਾਹਿਬ ਦੇ ਅਤੇ DG ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਕਿ ਕ੍ਰਿਮੀਨਲਸ ਔਰ ਕ੍ਰਿਮੀਨਲ ਕ੍ਰਾਈਮ ਐਕਟੀਵਿਟੀਜ਼ ਦੇ ਖਿਲਾਫ ਇਮੀਡੀਏਟ ਐਕਸ਼ਨ ਕਰਨਾ, ਉਹਦੇ 'ਚ ਮੋਹਾਲੀ ਪੁਲਿਸ ਬੜੀ ਖਰੇ ਉਤਰੀ ਹੈ ਇਸ ਗੱਲ 'ਤੇ। ਮੈਂ ਇਹਨਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ।
ਅਧਿਆਪਕਾਂ ਵੱਲੋਂ ਸਰਕਾਰ ਤੋਂ ਅਧਿਆਪਕ ਦਿਵਸ ਤੇ ਮੰਗਾਂ ਪੂਰੀ ਕਰਨ ਦੀ ਮੰਗ ਕੀਤੀ ਗਈ। ਜਨਰਲ ਸਕੱਤਰ ਕੁਲਦੀਪ ਵੱਡੂਵਾਲਾ ਬੋਲੇ, ਮੁੱਖ ਮੰਤਰੀ ਨੇ ਮੰਗਾਂ ਪੂਰੀ ਕਰਨ ਦਾ ਦਿੱਤਾ ਸੀ ਭਰੋਸਾ। ਪੰਜਾਬ ਸਰਕਾਰ ਬਿਨਾਂ ਸ਼ਰਤ ਰੈਗੂਲਰ ਕਰੇ ਕੱਚੇ ਅਧਿਆਪਕਾਂ ਨੂੰ। ਜਿੰਨਾ ਚਿਰ ਪੱਕਾ ਨਹੀਂ ਕੀਤਾ ਜਾਂਦਾ ਉਨੀ ਦੇਰ ਤਨਖਾਹ 'ਚ 4,000 ਦਾ ਕੀਤਾ ਜਾਵੇ ਵਾਧਾ। ਅੱਜ ਜੇ ਸਿੱਟਾ ਸਰਕਾਰ ਜਿਹੜੀ ਹੈ ਜੀ, ਸਰਕਾਰ ਨੇ ਸਪਸ਼ਟ ਕਿਹਾ ਕਿ ਅਸੀਂ ਸਿੱਖਿਆ ਭਾਗ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਜਿੰਨੇ ਵੀ ਭਾਗਾਂ ਦੇ ਵਿੱਚ ਕੱਚੇ ਮੁਲਾਜ਼ਮ ਨੇ, ਉਹਨਾਂ ਲਈ 23-24 ਤੱਕ ਸਬ ਕਮੇਟੀ ਦੀ ਜਿਹੜੀ ਮੀਟਿੰਗ ਹੋਣੀ ਹੈ, ਅਸੀਂ ਫਾਈਨਲ ਮੀਟਿੰਗ ਕਰਕੇ ਅਸੀਂ ਪੰਜਾਬ ਦੇ ਸਮੂਹ ਜਿਹੜੇ 36,000 ਕੱਚੇ ਮੁਲਾਜ਼ਮਾਂ ਉਹਨਾਂ ਨੂੰ ਪੱਕਾ ਕਰਨ ਜਾ ਰਹੇ ਹਾਂ। ਉਹਦੇ ਵਿੱਚ ਜਿਹੜੇ 36,000 ਕੱਚੇ ਮੁਲਾਜ਼ਮਾਂ ਦੇ ਵਿੱਚ ਪੱਕੇ ਹੁੰਦੇ ਆ, ਉਹ ਅਸੀਂ ਪਹਿਲੀ ਪਹਿਲ ਦੇ ਆਧਾਰ 'ਤੇ ਪੱਕੇ ਕਰਾਂਗੇ, ਪਰ ਅਸੀਂ ਪੰਜਾਬ ਦਾ ਕੋਈ ਵੀ ਮੁਲਾਜ਼ਮ ਕੱਚਾ ਨਹੀਂ ਰਹਿਣ ਦੇਣਾ। ਅਤੇ ਮਾਨਯੋਗ ਸਿੱਖਿਆ ਮੰਤਰੀ ਨੇ ਕਿਹਾ ਕਿ ਮੇਰੇ ਵਿਭਾਗ ਵੱਲੋਂ ਬਿਲਕੁਲ ਪਾਲਿਸੀ ਤਿਆਰ ਹੈ ਅਤੇ ਅਸੀਂ ਵਿਦ ਇਨ ਮੰਥ ਦੇ ਵਿੱਚ ਆਪਣੇ ਵੱਲੋਂ ਸਾਰਾ ਡਾਟਾ ਓਕੇ ਕਰਕੇ ਅਸੀਂ ਮਾਨਯੋਗ ਮੁੱਖ ਮੰਤਰੀ ਦੇ ਟੇਬਲ 'ਤੇ ਪਹੁੰਚਾ ਦਿਆਂਗੇ ਅਤੇ ਸਰਕਾਰ ਜਿਹੜੀ ਆ ਉਹ ਜਿਹੜੇ ਵੀ ਇਸ ਸ਼ਰਤਾਂ ਨੂੰ ਪੂਰੀਆਂ ਕਰਦੇ ਹੋਣਗੇ ਉਹ ਰੈਗੂਲਰ ਹੋਣਗੇ, ਪਰੰਤੂ ਜੇ ਕੋਈ ਇਸ ਸ਼ਰਤਾਂ ਨੂੰ ਕੰਪਲੀਟ ਅਜੇ ਨਹੀਂ ਕਰ ਦਊਗਾ ਮੌਜੂਦਾ ਸਮੇਂ, ਤਾਂ ਉਹਨਾਂ ਮੁਲਾਜ਼ਮਾਂ ਦੀ ਤਨਖਾਹ ਜਿਹੜੀ ਆ ਉਹ ਜਿਵੇਂ 6,000 8,000 ਲੈਂਦੇ ਆ ਜਿਹੜੇ, ਉਹਨਾਂ ਦੀ ਤਨਖਾਹ ਬਾਕੀ ਮੁਲਾਜ਼ਮਾਂ ਦੇ ਬਰਾਬਰ ਕਰ ਦਿੱਤੀ ਜਾਵੇਗੀ ਪਹਿਲ ਦੇ ਆਧਾਰ 'ਤੇ। ਸ਼ਰਤਾਂ ਦੀ ਗੱਲ ਕੀਤੀ ਆ, ਕਿੰਨੀਆਂ ਕੁ ਸ਼ਰਤਾਂ ਨੇ ਜਿਹੜੀਆਂ ਪੂਰੀਆਂ ਕਰਨੀਆਂ ਪੈਣਗੀਆਂ ਮੁਲਾਜ਼ਮਾਂ ਨੇ? ਮੇਨ ਉਹਨਾਂ ਨੇ ਦੋ ਸ਼ਰਤਾਂ ਕਹੀਆਂ, ਇੱਕ ਕਿ 10 ਸਾਲ ਦੀ ਸਰਵਿਸ ਪੂਰੀ ਕਰਦਾ ਹੋਵੇ, ਦੂਸਰਾ ਪਾਰਟੀਕੁਲਰ ਜਿਹੜੀ ਉਹਦੀ ਪੋਸਟ ਹੈ ਉਹਦੀ ਮੌਜੂਦਾ ਸਮੇਂ ਵਿੱਦਿਅਕ ਯੋਗਤਾ ਪੂਰੀ ਕਰਦਾ ਹੋਵੇ। ਦੋ ਹੀ ਸ਼ਰਤਾਂ ਉਹਨੂੰ ਪੂਰੀਆਂ ਕਰਨ ਦੀ ਜ਼ਰੂਰਤ ਹੈ, ਬਾਕੀ ਕਹਿੰਦੇ ਜੋ ਵੀ ਅਪੁਆਇੰਟਮੈਂਟ ਤੋਂ ਲੈ ਕੇ ਬਾਕੀ ਸਾਰੀਆਂ ਸ਼ਰਤਾਂ ਨੇ, ਉਮਰ ਏਜ ਤੋਂ ਲੈ ਕੇ, ਉਹ ਚੰਦਰਮੋਹਨ ਨੇਗੀ ਦੀ ਜੱਜਮੈਂਟ 17 ਅਪ੍ਰੈਲ 2020 ਨੂੰ ਆਈ ਸੀਗੀ, ਜਿਹੜੀ ਕਿ 2006 ਬਾਅਦ ਹੁਣ ਮੌਜੂਦਾ ਹਿਮਾਚਲ ਪ੍ਰਦੇਸ਼ 'ਚ ਆਈ ਸੀ, ਜਿਨ੍ਹਾਂ ਨੇ ਪ੍ਰਾਇਮਰੀ ਤੋਂ ਲੈ ਕੇ ਮਾਸਟਰ ਕੇਡਰ ਲੈਕਚਰਾਰ ਤੱਕ ਦੇ ਜਿਹੜੇ ਆ ਮੁਲਾਜ਼ਮ ਪੱਕੇ ਕੀਤੇ ਸੀ। ਉਹ ਸੁਪਰੀਮ ਕੋਰਟ ਮਾਨ ਜੋ ਕਹਿੰਦੀ ਆ ਕਿ ਕਿਸੇ ਵੀ ਮੁਲਾਜ਼ਮ ਤੋਂ ਤੁਸੀਂ 10 ਸਾਲ ਕੰਮ ਕਰਾ ਕੇ ਅੱਜ ਉਹਨੂੰ ਇਸ ਤਰ੍ਹਾਂ ਆਧਾਰ 'ਤੇ ਰੈਗੂਲਰ ਕਰਨ ਤੋਂ ਨਹੀਂ ਰੋਕ ਸਕਦੇ ਕਿ ਇਹ ਸ਼ਰਤ ਇਹ ਪੂਰੀ ਨਹੀਂ ਕਰਦਾ, ਕਿਉਂਕਿ ਇਹ ਸ਼ਰਤ ਤੁਸੀਂ ਨਿਯੁਕਤੀ ਵੇਲੇ ਜੋ ਉਹ ਤੋਂ 1 ਸਾਲ ਕੰਮ ਲਿਆ ਹੋਇਆ ਤਾਂ ਮਤਲਬ ਤੁਹਾਡੇ ਉਹ ਵਿੱਦਿਅਕ ਯੋਗਤਾ ਪੂਰੀ ਕਰਦਾ, ਆਪਦੀ ਕੁਆਲੀਫਿਕੇਸ਼ਨ ਪੂਰੀ ਕਰਦਾ, ਤੁਸੀਂ ਉਹਨੂੰ ਰੈਗੂਲਰ ਕਰੋ ਜੀ। ਜੇਕਰ ਹੁਣ ਸਮੇਂ ਦੀ ਗੱਲ ਕਰੀਏ ਤਾਂ ਕਿੰਨਾ ਕੁ ਸਮਾਂ ਤੁਸੀਂ ਮੁੱਖ ਮੰਤਰੀ ਸਾਹਿਬ ਨੂੰ ਦਿੱਤਾ ਕਿ ਐਕਸ਼ਨ ਲੈਣ? ਅਸੀਂ ਜੀ ਉਹਨਾਂ ਨੇ ਸਾਨੂੰ ਵਿਦ ਇਨ 1 ਮੰਥ ਦੇ ਵਿੱਚ ਕੋਸ਼ਿਸ਼ ਕਰਨ ਦੀ ਕਿਹਾ ਵਾ ਵੀ ਅਸੀਂ ਤੁਹਾਡੇ ਸਾਹਮਣੇ ਆਪਣੇ, ਅਸੀਂ ਕਹਿੰਦੇ ਨਹੀਂ, ਸਾਡੀ ਆਪਣੇ ਆਪ ਹੀ ਮੀਡੀਆ ਦੇ ਰਾਹੀਂ ਤੁਹਾਡੇ ਸਾਹਮਣੇ ਸਾਰਾ ਕੁਝ ਆਊਗਾ, ਪਰ ਅਸੀਂ ਉਹਨਾਂ ਨੂੰ 5 ਸਤੰਬਰ ਅਧਿਆਪਕ ਦਿਵਸ 'ਤੇ ਇਹ ਖੁਸ਼ਖਬਰੀ ਦੇਣ ਦੀ ਬੇਨਤੀ ਆਪਦੇ ਵੱਲੋਂ ਕਰਕੇ ਆਏ ਹਾਂ। ਅਸੀਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨੂੰ ਕੱਚੇ ਅਧਿਆਪਕਾਂ ਨੂੰ ਬੇਨਤੀ ਕਰਦੇ ਹਾਂ ਕਿ ਸਾਨੂੰ ਸਰਕਾਰ ਨੂੰ ਹੁਣ ਸਮਾਂ ਦੇਣਾ ਪਵੇਗਾ, ਉਹਨਾਂ ਸਮੇਂ ਆਪਾਂ ਆਪਣੀ ਇਕਾਈ ਨੂੰ ਮਜ਼ਬੂਤ ਕਰਨ ਲਈ, ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਅਸੀਂ ਇਕੱਤਰ ਹੋ ਕੇ ਜਿਹੜੀਆਂ ਮੀਟਿੰਗਾਂ ਕਰਾਂਗੇ ਅਤੇ ਸਕੂਲਾਂ 'ਚ ਤਨਦੇਈ ਨਾਲ ਉਸੇ ਤਰ੍ਹਾਂ ਪੜ੍ਹਾਈਏ ਅਤੇ ਹੁਣ ਸਰਕਾਰ ਨੂੰ ਕੁਝ ਸਮਾਂ ਜ਼ਰੂਰ ਦੇਈਏ ਜੀ। ਚੋਟੀ ਦੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਚਾਰਜਸ਼ੀਟ ਤਿਆਰ ਹੋ ਗਈ ਹੈ ਅਤੇ ਬਹੁਤ ਜਲਦ ਪੰਜਾਬ ਪੁਲਿਸ ਇਹ ਚਾਰਜਸ਼ੀਟ ਅਦਾਲਤ ਵਿੱਚ ਦਾਇਰ ਕਰਨ ਜਾ ਰਹੀ ਹੈ। ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਪੁਲਿਸ ਵੱਲੋਂ ਤਿਆਰ ਕੀਤੀ ਗਈ ਇਸ ਚਾਰਜਸ਼ੀਟ ਵਿੱਚ ਕਤਲ ਦੀ ਸਾਜ਼ਿਸ਼ ਨਾਲ ਸੰਬੰਧਿਤ ਸਾਰੇ ਘਟਨਾਕ੍ਰਮ, ਤੱਥ, ਸਬੂਤ ਅਤੇ ਗਵਾਹ ਸ਼ਾਮਲ ਕੀਤੇ ਗਏ ਨੇ। ਜਾਣਕਾਰੀ ਮੁਤਾਬਕ ਮਾਨਸਾ ਪੁਲਿਸ ਵੱਲੋਂ ਤਿਆਰ ਕੀਤੀ ਗਈ ਚਾਰਜਸ਼ੀਟ ਵਿੱਚ ਮੂਸੇਵਾਲਾ ਦੇ ਕਤਲ ਲਈ ਮਾਸਟਰ ਮਾਈਂਡ ਲਾਰੈਂਸ ਬਿਸ਼ਨੋਈ ਅਤੇ ਸ਼ਾਰਪ ਸ਼ੂਟਰਾਂ ਸਮੇਤ 15 ਜਾਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਇਸ ਕੇਸ ਵਿੱਚ ਲਗਭਗ 40 ਗਵਾਹਾਂ ਦੇ ਲਿਖਤੀ ਬਿਆਨ ਦਰਜ ਕੀਤੇ ਗਏ ਹਨ, ਜਦਕਿ ਸਬੂਤਾਂ ਵਜੋਂ ਕਈ ਥਾਵਾਂ ਦੀਆਂ CCTV ਫੁਟੇਜ ਵੀ ਲਈਆਂ ਗਈਆਂ ਨੇ। ਵਾਲਮੀਕਿ ਭਾਈਚਾਰੇ ਵੱਲੋਂ ਬੀਤੀ 12 ਅਗਸਤ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਦੀ ਕੌਲ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਭਾਈਚਾਰੇ ਦੇ ਆਗੂਆਂ ਨੂੰ 19 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਦਾ ਸਮਾਂ ਦਿੱਤਾ ਸੀ। ਇਸ ਪਿੱਛੋਂ ਜਥੇਬੰਦੀਆਂ ਨੇ ਬੰਦ ਦੀ ਕੌਲ ਨੂੰ ਵਾਪਸ ਲੈ ਲਿਆ ਸੀ। ਅੱਜ ਵਾਲਮੀਕਿ ਭਾਈਚਾਰੇ ਦੇ ਆਗੂਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਚੰਡੀਗੜ੍ਹ ਵਿਖੇ ਹੋਈ। ਇਸ ਮੀਟਿੰਗ ਤੋਂ ਬਾਅਦ ਭਾਈਚਾਰੇ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀਆਂ ਮੰਗਾਂ ਮੰਨ ਲਈਆਂ ਹਨ ਅਤੇ ਇਸ ਹਫ਼ਤੇ 'ਚ ਸਾਰੀਆਂ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਹੈ। ਇਸ ਮੌਕੇ ਵਾਲਮੀਕਿ ਭਾਈਚਾਰੇ ਨੇ ਮੁੱਖ ਮੰਤਰੀ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਅਜਿਹਾ ਮੁੱਖ ਮੰਤਰੀ ਪਹਿਲੀ ਵਾਰ ਦੇਖਿਆ ਹੈ। ਪਾਵਨ ਵਾਲਮੀਕਿ ਤੀਰਥ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੋਂ, ਇਹ ਪਿਛਲੇ ਦਿਨੀ ਜਿਹੜੀ ਪੰਜਾਬ ਬੰਦ ਦੀ ਜਿਹੜੀ ਸਟ੍ਰਾਈਕ ਹੋਈ ਸੀਗੀ ਵਾਲਮੀਕਿ ਸਮਾਜ ਵੱਲੋਂ, ਸਾਡੇ ਅੰਮ੍ਰਿਤਸਰ ਦੇ DC, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ PS ਬੰਡਾਲ ਸਾਹਿਬ ਅਤੇ ਸਾਰੇ ਸਮਾਜ ਦੇ ਪ੍ਰਤੀਨਿਧੀਆਂ ਨੇ ਇੱਕ ਮੀਟਿੰਗ ਹੋ ਕੇ ਅਤੇ CM ਸਾਹਿਬ ਦੇ ਨਾਲ ਅੱਜ ਦੀ ਜਿਹੜੀ ਮੀਟਿੰਗ ਤੈਅ ਹੋਈ ਸੀ ਵੀ ਤੁਹਾਡੇ ਜਿਹੜੇ ਡਿਮਾਂਡ ਆ ਉੱਥੇ ਮੰਨੀਆਂ ਜਾਣਗੀਆਂ। ਸੋ ਇਹ ਕਾਫੀ ਦਿਨਾਂ ਤੋਂ ਸਾਨੂੰ ਸਮਾਜ ਦਾ ਵਿਤਕਰਾ ਵੀ ਜਿਹੜਾ ਝੱਲਣਾ ਪੈ ਰਿਹਾ, ਸਮਾਜ ਦੇ ਤਿੱਖੇ ਸ਼ਬਦਾਂ ਦਾ ਵੀ ਸਾਨੂੰ ਸਾਹਮਣਾ ਕਰਨਾ ਪੈ ਰਿਹਾ, ਔਰ ਅੱਜ ਸਮਾਜ ਜਿਹੜਾ ਸਾਰਾ ਇਕਜੁੱਟ ਹੋ ਕੇ ਚੰਡੀਗੜ੍ਹ ਦੇ ਵਿੱਚ ਆਇਆ, ਸਾਰਾ ਸਮਾਜ ਇੱਕ ਹੈ ਅਤੇ CM ਸਾਹਿਬ ਨੇ ਅਲੱਗ ਅਲੱਗ ਜ਼ਿਲ੍ਹਿਆਂ ਤੋਂ, ਜਿੰਨੇ ਵੀ 23 ਜ਼ਿਲ੍ਹਿਆਂ ਤੋਂ ਵਾਲਮੀਕਿ ਸਮਾਜ ਦੇ ਪ੍ਰਤੀਨਿਧੀ ਆਏ ਨੇ, CM ਸਾਹਿਬ ਨੇ ਸਾਡੀਆਂ ਸਾਰੀਆਂ ਡਿਮਾਂਡਾਂ ਜਿਹੜੀਆਂ ਮੰਨ ਲਈਆਂ ਨੇ, ਔਰ ਇਹ ਵਿਦਿਨ ਵੀਕ ਦੇ ਵਿੱਚ ਸਾਰੀਆਂ ਡਿਮਾਂਡਾਂ ਜਿਹੜੀਆਂ ਉਹ ਕਹਿੰਦੇ ਪੂਰੀਆਂ ਹੋ ਜਾਣਗੀਆਂ ਜੀ।
कपले हो रहे हैं जिहड़े फंड्स जिहड़े एससी कारपोरेशन दे ने ओह और भी तमाम जिहड़ियां एससी एसटी दे परचे सीगे उन्होंने गिरफ्तारियां दी सारियां मन लईआं जी। एसीआई का विशेष बुलेटिन कल फिर तो इस समय हाजिर होवांगे कल दीआं खास खबरां दे नाल ते हुण लई दोस्तों सानूं इजाजत देखते रहो अजीत वैब टीवी।